ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪਿੰਡ ਪੰਜਾਬ ਦੇ ਚੈਨਲ 'ਤੇ ਤੁਹਾਡਾ ਸਵਾਗਤ ਹੈ। ਲਓ ਜੀ, ਕੁਛ ਆਪਾਂ ਇੱਧਰ ਪਾਰਸਲ ਚੱਕ ਲਏ ਨੇ, ਕੁਛ ਚੁੰਨੀਆਂ ਨੇ ਕਢਾਈ ਕਰਾਉਣ ਵਾਲੀਆਂ ਕੰਮ ਪਿਆ, ਕਾਫੀ ਜ਼ਿਆਦਾ ਕਰਨ ਵਾਲਾ। ਆਪਾਂ ਬਾਜ਼ਾਰ ਦਾ ਕੰਮ ਕਰਕੇ ਆਉਂਦੇ ਹਾਂ, ਅਤੇ ਮੇਰੀ ਸਲਾਹ ਜੀ, ਮੈਂ ਸੈਲੂਨ ਜਾਇਆ ਵਾਂ। ਮੇਰੀ ਸਲਾਹ ਜੀ, ਮੈਂ ਸੈਲੂਨ ਜਾਇਆ ਵਾਂ। ਸਮਝ ਗਏ ਹੋਵੋਗੇ ਤੁਸੀਂ ਮੈਂ ਕੀ ਕਹਿਣਾ ਚਾਹੁੰਦੀ ਹਾਂ। ਦੇਖਦੇ ਹਾਂ, ਪਹਿਲੀ ਵਾਰ ਫਸਟ ਐਕਸਪੀਰੀਅੰਸ ਹੈ, ਕਿਸ ਤਰ੍ਹਾਂ ਦਾ ਰਹੂਗਾ। ਨੇਲ ਐਕਸਟੈਂਸ਼ਨ ਕਰਵਾਉਣਾ ਜੀ, ਦੇਖਦੇ ਹਾਂ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਹੂਗਾ। ਮਨਵੀਰ, ਠੰਡ ਹੈ, ਤੂੰ ਬੇਬੇ ਬਣ ਕੇ ਲੈ, ਉੱਪਰ ਦੀ ਪਾ ਕੁਛ, ਤੁਰਪੀ ਬੈਲ ਪੱਟ ਦੀ ਫਰਾਕ ਪਾ ਕੇ ਆ ਰਹੀ ਸੀ। ਚਾਹ ਪੀ ਲਓ, ਚਾਏ ਚਵਲਾ ਚਵਲਾ। ਇਹ ਵੱਡੀ ਕੰਪਨੀ ਦਾ ਬੈਗ ਚੱਕ ਲਿਆ, ਦਰਦੇ ਵੱਡੀ ਕੰਪਨੀ ਦਾ ਬੈਗ ਚੱਕ ਲਿਆ, ਸਸਤੇ ਆਣਾ ਲੈ ਕੇ ਜਾਈ। ਗਿੱਲਾ ਜਿੱਥੇ ਜਿੰਨਾ ਪਾਉਣਾ ਸੀ ਉਹ ਪੈ ਗਿਆ, ਉਹ ਵਿੱਚ ਕਿੱਥੇ ਪੈਣਾ ਸੀ। ਤੂੰ ਵੀ ਮਨਵੀਰ ਉਹਨਾਂ ਕਸਟਮਰ ਲਾ ਦੀ ਜਿਹੜੇ ਕਹਿੰਦੇ ਨੇ ਸਾਡੇ 7.5 ਮੀਟਰ ਦਾ ਲੂਟ ਬਣਾਓ। ਮੰਮਾ ਨੇ ਮਹਿੰਦੀ ਚੱਲਦਾ ਦੇ ਦੋ, ਇੱਕ ਰੈਸਟ ਦੇ ਦੋ। ਸਾਰੇ ਦੁਪੱਟੇ ਹੋਰ ਗੈਂਜੇ ਤੇ ਕਰੇਂਗੀ ਤੂੰ? ਹੋਰ ਇੰਨੀਆਂ ਤਾਂ ਵਰਾਇਟੀਆਂ ਨੇ ਮਨਵੀਰ, ਤਾਂ ਸਾਰੇ ਹੋਰ ਗੈਂਜੇ ਦੇ ਪੱਟੇ ਲੈਂਦੇ। ਸੁਨਾਮ ਸ਼ਹਿਰ ਦੇ ਵਿੱਚ ਹੈ, ਤੁਸੀਂ ਵੀ ਆਉਣਾ ਤਾਂ ਆ ਸਕਦੇ ਹੋ। ਮੈਡਮ ਦਾ ਬਹੁਤ ਵਧੀਆ ਸੁਭਾਅ, ਇੱਧਰ ਖੜੇ ਨੇ ਮੈਡਮ ਦੇ ਸਰ ਦੋਨੋਂ ਹੀ, ਤੁਸੀਂ ਮਿਲਿਓ ਇਹਨਾਂ ਨੂੰ। ਦੁਪੱਟੇ ਤੇ ਤਾਂ ਹੈ ਨੀ ਮਨਵੀਰ, ਸਲਵਾਰ ਤੇ ਵੀ ਨੀ ਸੀ? ਨਹੀਂ, ਸਲਵਾਰ ਤੇ ਵੀ ਨਹੀਂ, ਦੁਪੱਟੇ ਤਾਂ ਹੈਗਾ, ਮਾੜੀ ਪੱਟੀ। ਮੰਨ ਕੇ ਚੱਲੋ ਤੁਸੀਂ 6000 ਤੱਕ, 5500-6000 ਕੱਲੀ ਕਢਾਈ, ਕਢਾਈ ਪੂਰੇ ਫਰੰਟ ਚ ਉਹਤੇ ਉਹਤੇ ਬਾਹਾਂ ਤੇ ਹੋ ਗਿਆ, ਤੇ ਸਲਵਾਰ ਤੇ ਦੇ ਸੂਟ ਦੇਖ ਲਿਓ ਤੁਸੀਂ, ਜਿਹੜਾ ਲੈਣਾ ਫੈਬਰਿਕ ਲਿਆ ਦੋ। ਤੁਹਾਨੂੰ ਤਾਂ ਪਤਾ ਚੱਲਦਾ ਹੋਊਗਾ ਫੇਕ ਕੰਮ ਦਾ, ਪਤਾ ਵੀ ਫੇਕ ਕੰਮ ਹੋਊਗਾ, ਕੋਈ ਫਾਇਦਾ ਨਹੀਂ। ਜਿਵੇਂ ਜਿਹਦੇ 1 MM ਦੇ ਉਹਦੇ ਕਿੰਨੇ ਹੋ ਸਕਦੇ ਬੇਟਾ, ਉਹਦੇ ਲੱਗਦਾ 7-8 ਹਜ਼ਾਰ ਵਿਊ ਹੋਣਗੇ।
ਨਹੀਂ ਹੋ ਸਕਦੇ ਨਾ ਡੈਡੀ ਜੀ ਦਾ ਫੋਨ ਮੈਨੂੰ ਪਤਾ ਕਿਵੇਂ ਚੱਲਿਆ ਕੋਈ ਸਟੂਡੈਂਟ ਬੈਠਾ ਸੀ ਜਿਹਨੂੰ ਫੋਲੋ ਤਾਂ ਦਾ ਸੀ ਨੇ ਕੀ ਲੈਣਾ ਜਿਹਨੂੰ ਮਰਜ਼ੀ ਫੋਲੋ ਕਰੀ ਗਏ ਕਹਿੰਦੀ ਮੈਡਮ ਜੀ ਇਹਨੇ ਪਾਈ ਤਾਂ ਹੋਈ ਇਹਦੀ ਲਾਈਕ ਹੀ ਨਹੀਂ ਹੋ ਗਈ ਕਹਿੰਦੀ ਉਹ ਵੀ ਵਿਊ ਘੱਟ ਫੇਕ ਲੈਂਦੇ ਰਹੇ ਪਤਾ ਲੱਗਿਆ ਮੈਂ ਕਿਹਾ ਫੇਕ ਲੈ ਕੇ ਫਿਰ ਮੈਂ ਅਕਾਊਂਟ ਉਦੋਂ ਖੋਲਿਆ ਉਹ ਦੇਖਿਆ ਫਿਰ ਉਹੀ ਸਿਸਟਮ ਫਿਰ ਤਾਂ ਪਤਾ ਹੀ ਲੱਗਿਆ ਵੀਡੀਓ ਸ਼ੋਅ ਕਰਦੀ ਆ 1 ਮਿੰਟ ਲੈ ਕੇ ਬੱਚਿਆਂ ਵਰਗੀ ਲੈਂਥ ਦੱਸੋ ਕਿੰਨੀ ਕੁ ਰੱਖਣੀ ਹੈ ਕਾਫੀ ਛੋਟੀ ਹੋਰ ਛੋਟੀ ਕਰ ਦਿਓ ਜੀ ਹੋਰ ਵੀ ਛੋਟੀ ਕਰ ਦਿਓ ਡੇਲੀ ਕਾਫੀ ਕੰਮ ਕਰਨਾ ਹੁੰਦਾ ਐਨੀ ਕੁ ਦੇਰ ਰੱਖਾ ਲਓ ਮੰਮੀ ਹੋਰ ਸੌਣ ਵੀ ਲੱਗਣਗੇ ਲੱਗੇ ਹੋਏ ਠੀਕ ਐਨੀ ਕੁ ਰੱਖ ਕਲਰ ਸਿਲੈਕਟ ਕਰ ਲਓ ਤੁਸੀਂ ਦੇਖ ਮਨਵੀਰ ਕਿਹੜਾ ਲੈਣਾ ਤੇ ਤੁਸੀਂ ਦੇਖੋ ਵੀ ਤੁਸੀਂ ਆਪਦਾ ਰੈੱਡ ਮਹਿਰੂਨ ਤਾਂ ਸਾਰੇ ਨਾਲ ਲੱਗ ਜਾਓ ਨਾ ਜ਼ਿਆਦਾ ਡਾਰਕ ਹੋਵੇ ਨਾ ਬਿਲਕੁਲ ਲਾਈਟ ਹੋਵੇ ਨਾਰਮਲ ਜਿਹਾ ਰੱਖ ਜੇ ਗਾਜਰ ਰੱਖੋਗੇ ਤੁਸੀਂ 45 ਲਾਈਟ ਲੱਗੇ ਸੁਣ ਲੈ ਮੇਰੀ ਸ਼ੇਡ ਕੁਛ ਐਵੇਂ ਮੰਮੀ ਲਾਉਂਦੀ ਨਹੀਂ ਜੇ ਵੀ ਨਿਊਡ ਸ਼ੇਡ ਮੈਨੂੰ ਘੱਟ ਪਸੰਦ ਹੈ ਪੇਸਟਲ ਕਲਰ ਬਹੁਤ ਘੱਟ ਲਾਉਂਦੀ ਮੈਂ ਮੰਦਾ ਲੱਗਦਾ ਮੇਰੇ ਨੋ ਹੈਵੀ ਲੱਗਣ ਲੱਗ ਗਈ ਉਹਦੀ ਇੱਕ ਵਾਰੀ ਜਾਂ ਤਾਂ ਬਾਈ ਇਹਨਾਂ ਦਾ ਨਰਮਤੀ ਵਰਜਣ ਹੋ ਜਾਊਗਾ ਇਹ ਕਿੱਥੇ ਯਾਰ ਇਹ ਕਿੱਥੇ ਕਰਦਾ ਹੈ ਦੇਖੋ ਸ਼ੇਪ ਇਹਨੂੰ ਜੇ ਤਾਂ ਥੋੜੀ ਜਿਹੀ ਰਾਉਂਡ ਕਰਦੇ ਇਧਰੋਂ ਹਾਂਜੀ ਰਾਉਂਡ ਕਰਨੀ ਹੈ ਥੋੜੀ ਸਾਈਡ ਤੋਂ ਕੱਟ ਦੇਖ ਕੇ ਕਰੋ ਜੀ ਨਾਲੇ ਤੋਂ ਉਹਦੇ ਨਾਲ ਨਾ ਮੈਨੂੰ ਨਹੀਂ ਪਰੇਸ਼ਾਨੀ ਹੋਣੀ ਮੈਂ ਤੇਰੇ ਨਾਲੋਂ ਸੋਹਣਾ ਕੋਈ ਵੀ ਵੇਖਿਆ ਨਾ ਸੂਰਜ ਤੱਤਾ ਤੇ ਚੰਨ ਦਾਗੀ ਤਾਰੇ ਪੱਥਰ ਨੇ ਕੋਈ ਮੁੱਲ ਨਹੀਂ ਸੀ ਥਾਂ ਥਾਂ ਰੁਲਦੇ ਫਿਰਦੇ ਸੀ ਲੋਹਾ ਪਾਰ ਲਾ ਦਿੱਤਾ ਇੱਕ ਚੰਦਨ ਦੀ ਲੱਕੜ ਨੇ ਨੀਚੇ ਵੀ ਨਾ ਅੰਗੂਠਾ ਲੱਗਣ ਦਿਓ ਆਪਣੇ ਹੋ ਗਏ ਤੁਸੀਂ ਦੇਖ ਸਕਦੇ ਹੋ
ਤੇ ਬਾਕੀ ਮੈਡਮ ਦੱਸਣਗੇ ਤੁਹਾਨੂੰ? ਹਾਂਜੀ ਜੀ, ਸਲਾਮ ਦੇ ਨੇੜੇ ਤੇੜੇ ਦੇ ਸਾਡੇ ਕੋਲ ਸਾਰੇ ਵਿਜ਼ਿਟ ਕਰੇ ਪਲੀਜ਼। ਸਾਡੇ ਕੋਲ ਸਕਿਨ, ਹੇਅਰ, ਲੇਜ਼ਰ, ਮੇਕਅਪ, ਹੇਅਰ ਐਕਸਟੈਂਸ਼ਨ, ਪਰਮਾਨੈਂਟ ਆਈਬ੍ਰੋਜ਼, ਅਸੀਂ ਸਾਰਾ ਕੁਝ ਕਰਦੇ ਹਾਂ ਜੀ। ਪਲੀਜ਼ ਕਿਸੇ ਨੇ ਕਰਾਉਣਾ ਸਾਡੇ ਕੋਲ ਜ਼ਰੂਰ ਵਿਜ਼ਿਟ ਕਰਨ, ਸਾਡਾ ਪੇਜ ਦੇਖਣ ਇੰਸਟਾਗ੍ਰਾਮ 'ਤੇ ਜੈਂਗੋ ਸਲੂਨ। ਸੁਣਾ ਜੈਂਗੋ ਸੈਲੂਨ, ਇਹ ਆਪਣੇ ਚਰਨਜੀਤ ਸਾਰੇ ਜਿਹੜੇ ਕੀ ਹੈ ਜੀ, ਉਹ ਚਰਨਜੀਤ ਸ਼ਾਹ ਪੀਰ ਬਾਬਾ ਚਰਨਜੀਤ ਸਾਹਿਬ ਉੱਥੇ ਬਿਲਕੁਲ ਨਾਲ ਹੈ। ਤੁਸੀਂ ਜਦ ਵੀ ਸੁਨਾਮ, ਤੁਸੀਂ ਨੇੜੇ ਤੇੜੇ ਸੁਨਾਮ ਦੇ ਜਦ ਮਰਜ਼ੀ ਆ ਸਕਦੇ ਹੋ। ਸਾਡਾ ਜੀ ਆਫਰ ਚੱਲ ਰਿਹਾ ਸਮੂਥਨਿੰਗ ਸਿਲਕ ਥੈਰੇਪੀ ਸ਼ਾਰਟ ਲੈਂਥ 3000, ਨੇਲ ਐਕਸਟੈਂਸ਼ਨ 1000। ਤੇ ਜੇ ਕਿਸੇ ਬੱਚੇ ਨੇ ਕੰਮ ਸਿੱਖਣਾ ਤੁਸੀਂ ਤਾਂ ਵੀ ਆ ਸਕਦੇ ਹੋਗੇ। ਤੇ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਮਨਵੀਰ ਤੋਂ ਆਪਾਂ ਜਲਦੀ ਜਲਦੀ ਕੰਮ ਕਰ ਲਈਏ, ਮਨਵੀਰ ਸੈਲੂਨ ਜਾਇਆ ਕਰੂਗੀ। ਮਨਵੀਰ ਨੇ ਇੱਥੇ ਆਉਣਾ ਜੀ, ਬਹੁਤ ਵਧੀਆ ਸਟਾਫ ਮੈਂਬਰ ਹੈ, ਮੈਡਮ ਦਾ ਸੁਭਾਅ ਬਹੁਤ ਵਧੀਆ ਹੈਗਾ, ਕਾਫੀ ਟਾਈਮ ਤੋਂ ਅਸੀਂ ਇਹਨਾਂ ਦੇ ਨਾਲ ਜੁੜੇ ਹੋਏ ਹਾਂ, ਬਹੁਤ ਵਧੀਆ ਲੱਗਦਾ। ਅਗਰ ਤੁਸੀਂ ਵੀ ਹਨਾ ਸੁਨਾਮ ਦੇ ਨੇੜੇ ਤੇੜੇ ਤੁਸੀਂ ਜ਼ਰੂਰ ਵਿਜ਼ਿਟ ਕਰਿਓ, ਅਗਰ ਤੁਹਾਡਾ ਕੋਈ ਬੱਚਾ ਕੰਮ ਸਿੱਖਣਾ ਚਾਹੁੰਦਾ ਤੁਸੀਂ ਤਾਂ ਵੀ ਭੇਜ ਸਕਦੇ। ਸਾਡਾ ਸਰਟੀਫਿਕੇਟ ਜੀ ਰਜਿਸਟਰ ਹੈ ਇੰਡੀਆ USA ਤੋਂ, ਕਿਸੇ ਨੇ ਵੀ ਆਉਣਾ ਕੋਰਸ ਕਰਨ ਵਾਸਤੇ ਇੱਧਰ ਜੁਆਇਨ ਕਰਨ ਤੁਸੀਂ ਆ ਸਕਦੇ ਹੋ ਬੇਫਿਕਰ ਹੋ ਕੇ, ਠੀਕ ਹੈ। ਚਲੋ ਜੀ, ਮਾਸਟਰ ਜੀ ਦਾ ਫੋਨ ਆ ਰਿਹਾ ਬਾਰ ਬਾਰ, ਚੱਲੀਏ, ਬਹੁਤ ਲੇਟ ਹੋ ਗਿਆ। ਸੈਟਿੰਗ ਕਿੱਥੇ ਹੋਈ ਮੈਨੂੰ ਦੱਸੋ, ਹੈਂ ਸੈਟਿੰਗ ਕਿੱਥੇ ਹੋਈ ਆ? ਹਾਂ ਬਰਾ, ਮੇਰੇ ਵੱਲੋਂ ਸਾਰੇ ਸਤਿ ਸ਼੍ਰੀ ਅਕਾਲ ਜੀ। ਸੈਟਿੰਗ ਕਿੱਥੇ ਹੋਈ ਆ ਯਾਰ, ਇਹ ਤਾਂ ਗਲਤ ਕੰਮ ਆ। ਮੈਂ ਬਾਰੇ ਕਰਦੇ, ਨੈਕਸਟ ਡੇ ਹੋ ਗਿਆ, ਅੱਜ ਕਰਦੇ। ਵੈਸੇ ਕੱਲ੍ਹ ਦੀ ਕੀਤੀ ਸੀ? ਹਾਂ, ਕਦੇ ਕੀ ਕਹਿੰਦਾ ਗਾ, ਕੁਛ ਮਰਜ਼ੀ ਗਾ। ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਮੈਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਗੁਰਲੀਨ ਕੌਰ, ਗੁਰਮੀਤ ਕੌਰ ਦੀ ਛੋਟੀ ਕੁੜੀ, ਤੁਹਾਡਾ ਮੇਰੀ ਮੰਮੀ ਦੇ ਚੈਨਲ 'ਤੇ ਸਵਾਗਤ ਹੈ। ਤੇਰਾ ਵੀ ਚੈਨਲ ਨਾਲ ਹੀ ਉੱਥੇ? ਨਾ, ਮੈਂ ਕ੍ਰੈਡਿਟ ਨਹੀਂ ਦਿੰਦਾ, ਮੇਰੀ ਮੰਮੀ ਨੇ ਮਿਹਨਤ ਕੀਤੀ, ਮੇਰੀ ਮੰਮੀ ਦਾ ਚੈਨਲ ਆ, ਕ੍ਰੈਡਿਟ ਖੁਦ ਨੂੰ ਨਹੀਂ ਦੇਣਾ ਚਾਹੀਦਾ। ਠੀਕ ਹੈ, ਲਓ ਜੀ, ਕੱਲ੍ਹ ਤੁਹਾਡੇ ਨਾਲ ਗੱਲ ਨਹੀਂ ਹੋ ਸਕੀ ਅਤੇ ਅੱਜ ਨੈਕਸਟ ਡੇ ਹੋ ਗਿਆ, ਅਤੇ ਹੁਣ ਫਿਰ ਆਥਣ ਉੱਦਾਂ ਟਾਈਮ ਹੋਇਆ ਪਿਆ, ਅਸੀਂ ਬਾਜ਼ਾਰ ਜਾਣਾ ਹੈਗਾ, ਕੰਮ ਕਰਨ ਵਾਲੇ ਪੈਣੇ ਜਿਹੜੇ ਉਹ ਕਰਨੇ ਨੇ, ਅਤੇ ਅੱਜ ਦੁਪੱਟੇ ਦੁਪੁੱਟੇ ਨੇ ਜਿਹੜੇ, ਹੋਰ ਕਾਫੀ ਕੰਮ ਪਿਆ ਬਸ ਬਾਜ਼ਾਰ ਦਾ, ਤੁਸੀਂ ਕਹੋਗੇ ਰੋਜ਼ ਹੀ ਉਹੀ ਦੁਪੱਟੇ ਹੋਈ ਉਹ। ਅਤੇ ਇੱਕ ਮੇਰੇ ਕੋਲ ਸੈਲਫੀ ਸੁਲਫੀ ਸਟਿੱਕ ਨਹੀਂ ਹੈਗੀ, ਮੈਂ ਉਹ ਲੈ ਕੇ ਆਉਣੀ ਹੈਗੀ, ਸੈਲਫੀ ਸਟਿੱਕ ਲੈ ਕੇ ਆਉਣੀ ਹੈ। ਅਤੇ ਨਾਲੇ ਸਾਡੇ ਜਿਹੜੇ ਸੂਟ ਨੇ ਵਿਆਹ 'ਤੇ ਪਾਉਣੇ ਨੇ ਜੀ, ਅਸੀਂ ਉਹ ਲੈ ਕੇ ਆਉਂਦੇ ਹੈਗੇ। ਅਤੇ ਮੈਂ ਤੁਹਾਨੂੰ ਦੱਸਣਾ ਸੀ ਵੀ ਜਿਹੜੇ ਮੈਂ ਨੇਲ ਕਰਾਏ ਨੇ ਉਹਨਾਂ ਦਾ ਐਕਸਪੀਰੀਅੰਸ ਪਈ ਹੈ ਕਿਸ ਤਰ੍ਹਾਂ ਦਾ ਰਿਹਾ, ਇਸ ਤਰ੍ਹਾਂ ਦੇ ਲੱਗਦੇ ਨੇ ਇਹ, ਤੁਸੀਂ ਦੇਖ ਲਿਓ। ਅਜੇ ਤਾਂ ਮੈਂ ਤੁਹਾਨੂੰ ਇਹੀ ਕਹੂੰਗੀ ਜੀ, ਮੈਨੂੰ ਪਤਾ, ਮੈਨੂੰ ਚਾਹ ਸੀ ਵੀ ਮੈਂ ਕਰਵਾਵਾਂ, ਐਕਸਪੀਰੀਅੰਸ ਦੇਖਣਾ ਚਾਹੀਦਾ ਕਹਿੰਦੇ ਹੁੰਦੇ ਨੇ ਹੈ ਨਾ ਹਰੇਕ ਕੰਮ ਦਾ। ਪਰ ਭੈਣੋ, ਮੈਂ ਤੁਹਾਨੂੰ ਸਹੀ ਸਲਾਹ ਦਿੰਦੀ ਹਾਂ ਵੀ ਜੇ ਤੁਹਾਨੂੰ ਬਹੁਤ ਜ਼ਿਆਦਾ ਘਰ ਦੇ ਵਿੱਚ ਕੰਮ ਰਹਿੰਦਾ ਹੈ ਨਾ, ਤੁਸੀਂ ਬਹੁਤ ਜ਼ਿਆਦਾ ਕੰਮ ਕਰਦੀ ਹੋ, ਘਰ ਦੇ ਕੰਮ ਸਾਰੇ ਤੁਹਾਨੂੰ ਕਰਨੇ ਪੈਂਦੇ ਨੇ, ਫਿਰ ਆਪਣੇ ਵਾਸਤੇ ਇਹ ਚੋਚ ਲੈਣੀ ਹੈਗੀ। ਮੈਂ ਬਿਲਕੁਲ ਸਾਈਜ਼ ਛੋਟਾ ਰੱਖਿਆ, ਹੁਣ ਕਾਫੀ ਭੈਣਾਂ ਕਹਿਣੀਆਂ ਸਾਈਜ਼ ਛੋਟਾ। ਇੱਕ ਮੈਨੂੰ ਕੁੜੀ ਨੇ ਕਮੈਂਟ ਕਰਿਆ ਸੀ, ਮਨਵੀਰ ਵਰਗੀ ਮੰਨ ਲੱਗਦਾ ਕੁੜੀ, ਕਹਿੰਦੀ ਤੁਸੀਂ ਸਾਈਜ਼ ਨਾ ਜ਼ਿਆਦਾ ਵੱਡਾ ਲਗਵਾਇਓ, ਵੀ ਤੁਸੀਂ ਸਾਈਜ਼ ਛੋਟਾ ਲਗਵਾਇਓ ਫਿਰ ਕੋਈ ਚੱਕਰ ਨਹੀਂ ਹੁੰਦਾ, ਸਾਈਜ਼ ਬਿਲਕੁਲ ਛੋਟਾ। ਮੈਂ ਭਾਈ ਨੂੰ ਕਹੀ ਵੀ ਜਮਾਂ ਭਾਈ ਛੋਟਾ ਰੱਖ ਵੀਰ ਭੈਣੇ, ਛੋਟਾ ਕਰ ਦੇ ਇਹਨੂੰ। ਪਰ ਜੀ ਔਖਾ ਬਹੁਤ ਜ਼ਿਆਦਾ, ਮੈਂ ਕੱਲ੍ਹ ਮੈਨੂੰ ਲੱਗਿਆ, ਮਨਵੀਰ ਕਹਿੰਦੀ ਮੰਮਾ ਤੁਹਾਨੂੰ ਪਹਿਲੇ ਦਿਨ ਕਰਕੇ ਲੱਗਦਾ, ਚਲੋ ਕੱਲ੍ਹ ਮੈਂ ਕੋਈ ਖਾਸ ਕੰਮ ਨਹੀਂ ਕਰਿਆ। ਸਭ ਤੋਂ ਪਹਿਲਾਂ ਜਦੋਂ ਮੈਂ ਸਵੇਰੇ ਉੱਠ ਕੇ ਕੀ ਕਰਨਾ ਹੁੰਦਾ, ਮੱਝਾਂ ਨੂੰ ਮਾਸਟਰ ਜੀ ਕੱਖ ਸ਼ਾਮ ਨੂੰ ਪਾ ਕੇ ਧਰ ਦਿੰਦੇ, ਉਹਨਾਂ ਨੂੰ ਦਾਣਾ ਰਲਾਉਣਾ ਹੁੰਦਾ, ਅੜ ਗਿਆ ਕੰਮ। ਹੁਣ ਤੁਸੀਂ ਦੇਖੋ ਕੱਖਾਂ 'ਚ ਦਾਣਾ ਰਲਾ ਕੇ ਕਿਵੇਂ ਫਟਾਫਟ, ਕਿੱਥੇ ਆਪਾਂ ਹੈ ਨਾ ਰਲਾ ਕੇ ਧਰ ਦਈਏ, ਐਂ ਲੱਗੇ ਵੀ ਨਹੁੰ ਖੁੱਲ੍ਹੀ 'ਚ ਵੱਜਣਗੇ, ਹੁਣ ਟੁੱਟਣਗੇ, ਹਲਕਾ ਹਲਕਾ ਲੱਗੇ ਵੀ ਜੇ ਕਿਤੇ ਬੱਜੇ ਵੀ ਦੁਖਣਗੇ ਵੀ, ਫਿਰ ਇਹ 'ਚ ਤੂੜੀ ਵੀ ਫਸੂਗੀ ਹੈ ਨਾ, ਇਹ 'ਚ ਦਾਣਾ ਵੀ ਫਸੂਗਾ, ਚਲੋ ਰਲਾ ਤਾ। ਅਤੇ ਫਿਰ ਮੈਸਾਂ ਦੇ ਕਿੱਲ ਨਾ ਨਿਕਲਣ, ਔਖਾ ਲੱਗੇ ਕਿੱਲ ਕੱਢਤੇ, ਫਿਰ ਕੰਮ ਅੜ ਗਿਆ ਜੀ, ਧਾਰ 'ਤੇ ਧਾਰ ਨਾ ਨਿਕਲੇ। ਮੈਨੂੰ ਤਾਂ ਐਂ ਲੱਗੇ ਵੀ ਮੱਝ 'ਤੇ ਜੇ ਆਹ ਨਹੁੰ ਨੂੰ ਕੁੜ ਗਏ ਵਿਚਾਰੀ ਦੇ, ਥਣਾਂ 'ਤੇ ਨਾ ਦੁੱਖ ਲੱਗੇ, ਚਲੋ ਔਖੇ ਸੌਖੇ ਨੇ ਧਾਰ ਧੂਰ ਕੱਢ ਲਈ, ਧਾਰ ਕੱਢ ਕੇ ਲਿਆ ਕੇ ਪਹਿਲਾਂ ਮੈਂ ਆਪਦੇ ਨਹੁੰ ਸਾਫ਼ ਕਰੇ, ਇੰਨਾ ਟਾਈਮ ਲਾ ਕੇ ਇਹਦੇ ਵਿੱਚ ਜਿਹੜੀ ਉਹ ਫਸ ਗਿਆ, ਕੀ ਕਹਿੰਦੇ ਹੁੰਦੇ, ਤੂੜੀ ਫਸ ਗਈ, ਨਾਲੇ ਤਾਂ ਨਾਲੇ ਦਾਣਾ ਫਸ ਗਿਆ, ਪਹਿਲਾਂ ਉਹਦੇ ਨਾਲ ਸੂਈਆਂ ਨਾਲ ਉਹ ਕੱਢੇ, ਫਿਰ ਹੱਥ ਧੋ ਧੂ ਕੇ ਸਾਬਣ ਨਾਲ ਮਸਾਂ ਸੈਟਿੰਗ ਕਰੀ,
ਫਿਰ ਚਾਹ ਕਰੀ, ਚਾਹ ਚੂਹ ਕਰਕੇ ਦੁਬਾਰੇ ਭਾਂਡੇ ਮਾਂਜਣ ਵੇਲੇ ਔਖਾ ਲੱਗੀ ਜਾਵੇ, ਹੁਣ ਮੈਂ ਬਰਤਨ ਸਾਫ਼ ਕਿਵੇਂ ਕਰਾਂ। ਚਲੋ ਮਨਵੀਰ ਤੋਂ, ਮਨਵੀਰ ਕਹਿੰਦੇ ਮੰਮੀ ਆਟਾ ਤਾਂ ਤੁਸੀਂ ਗੁੰਨਿਓ ਨਾ, ਆਟਾ ਨਹੀਂ ਤੁਹਾਡੇ ਤੋਂ ਠੀਕ ਆਉਣਾ। ਮਨਵੀਰ ਨੇ ਆਟਾ ਗੁੰਨਿਆ ਤਾਂ ਆਟਾ ਗੁੰਨ ਕੇ ਜੀ ਫਿਰ ਐਂ ਪੇੜਾ ਨਾ ਪੱਟਿਆ ਜਾਵੇ, ਫਿਰ ਕੜਛੀਆਂ ਦੇ ਨਾਲ ਪੇੜੇ ਪੱਟੇ, ਮਸਾਂ ਰੋਟੀ ਰੂਟੀ ਬਣਾਈ, ਔਖਾ ਭਾਈ ਮੈਂ ਤੁਹਾਨੂੰ ਸਹੀ ਗੱਲ ਕਹਿੰਦੀ। ਹੁਣ ਗੰਢ ਨਹੀਂ ਖੁੱਲਦੀ ਕੋਈ ਚੀਜ਼ ਦੀ, ਆਪਾਂ ਗੰਢ ਖੋਲਦੇ ਉਹ ਨਹੀਂ ਖੁੱਲਦੀ, ਸਾਡਾ ਸਾਰਾ ਦਿਨ ਕੰਮ ਇੱਥੇ ਆ। ਜਦੋਂ ਮੈਂ ਕੱਪੜੇ ਕੱਟਣ ਲੱਗਦੇ ਕਦੇ ਐਂ ਜੇ ਲੱਗਦਾ ਵੀ ਕਾਸੇ 'ਚ ਭੱਜਿਆ, ਕਾਸੇ 'ਚ ਭੱਜਿਆ, ਪਤਾ ਨਹੀਂ ਤਾਂ ਜੇ ਮੈਨੂੰ ਸੁਭਾਅ ਨਹੀਂ ਹੈਗਾ, ਹੈ ਨਾ। ਅਤੇ ਇੱਕ ਆਪਣੀ ਸਪੀਡ ਬਣੀ ਹੁੰਦੀ ਆ ਵੀ ਆਪਾਂ ਜਲਦੀ ਜਲਦੀ ਕੰਮ ਕਰਦਾ, ਅਤੇ ਮੈਂ ਤੁਹਾਡੇ ਨਾਲ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦੀ ਸੀ। ਖਾਸ ਸੋਹਣੇ ਬਹੁਤ ਲੱਗਦੇ ਨੇ ਜੀ, ਅਗਰ ਤੁਹਾਨੂੰ ਪ੍ਰੋਗਰਾਮ ਹੈ ਨਾ, ਤੁਸੀਂ ਕਿਸੇ ਪਾਸੇ ਜਾਣਾ, ਤੁਸੀਂ ਲਗਵਾਓ, ਤੁਹਾਨੂੰ ਕੋਈ ਘਰ ਦੇ ਵਿੱਚ ਕੰਮ ਆ ਤੁਸੀਂ ਲਗਵਾ ਸਕਦੇ ਹੋ। ਪਰ ਭੈਣੋ ਜੇ ਕੰਮ ਤੁਹਾਨੂੰ ਰਹਿੰਦਾ ਹੈ ਨਾ, ਤੁਸੀਂ ਡੇਲੀ ਮੈਨੂੰ ਦੇਖਦੇ ਹੋ, ਮੇਰੇ ਵਾਂਗੂ ਸਾਰੇ ਘਰ ਦੇ ਕੰਮ ਤੁਹਾਨੂੰ ਕਰਨੇ ਪੈਂਦੇ ਨੇ। ਜੇ ਤੁਹਾਨੂੰ ਮੱਝਾਂ ਦਾ ਕੰਮ ਨਹੀਂ, ਤਾਂ ਜੇ ਤੁਸੀਂ ਚੁੱਲ੍ਹੇ ਦਾ ਵੀ ਕਰਦੇ ਹੋ ਹੈ ਨਾ, ਤਾਂ ਵੀ ਇਹ ਨੇਲ ਔਖਾ ਕਰਦੇ ਨੇ। ਜਿਵੇਂ ਝਾੜੂ ਲਾਉਣਾ ਜੀ, ਪੋਚਾ ਲਾਉਣਾ, ਘਰ ਦਾ ਕੰਮ, ਬਰਤਨ ਸਾਫ਼, ਕਿਤੋਂ ਉੱਥੋਂ ਸਮਾਨ ਚੱਕ ਲਿਆ, ਕਿਤੋਂ ਕੱਪੜਿਆਂ ਦੀ ਤਹਿਹਾਂ ਲਾਈਆਂ, ਕਿਤੇ ਕੱਪੜੇ ਧੋਣੇ, ਇਹ ਸਾਰੇ ਕੰਮ ਇਹ ਡਿੱਕਾ ਲਾਈ ਜਾਂਦੇ ਨੇ। ਤੁਸੀਂ ਇੱਕ ਤਰ੍ਹਾਂ ਨਾਲ ਇਹ ਕਹਿ ਸਕਦੇ ਹੋ ਵੀ ਪੈਸੇ ਲਾ ਕੇ ਪਾਹਜ ਹੋਣ ਵਾਲਾ ਕੰਮ ਹੈ, ਠੀਕ ਹੈ। ਬਸ ਆ ਲੰਘ ਜਾਣ ਦਿਓ, ਇੱਕ ਬਰਾ ਵਿਆਹ ਹੈਗਾ, ਇੱਕ ਸਾਨੂੰ ਉੱਧਰਲਾ ਪ੍ਰੋਗਰਾਮ ਆ। ਜਦੋਂ ਨਿਕਲ ਗਿਆ ਮੈਨੂੰ ਤਾਂ ਲੱਗਦਾ ਮੈਂ ਅਗਲੇ ਦਿਨ ਇਹਨੂੰ ਕੱਟ ਕੇ ਸਿੱਟ ਦੂੰਗੀ, ਇਹਨਾਂ ਨੂੰ ਪਹਿਲਾਂ ਛੋਟੇ ਹੋਰ ਕਰਕੇ ਦੇਖ ਲਾਂਗੇ, ਉਹ ਵੀ ਐਕਸਪੀਰੀਅੰਸ ਦੇਖ ਲਾਂਗੇ, ਹੋਰ ਛੋਟੇ ਕਰ ਦਾਂਗੇ। ਪਰ ਮੈਨੂੰ ਨਹੀਂ ਲੱਗਿਆ ਸਹੀ, ਕੰਮ ਕਰਨ ਵਾਲੇ ਬੰਦੇ ਦੇ ਨਹੀਂ ਸਹੀ ਜੀ। ਜੇ ਤੁਸੀਂ ਵਿਹਲੇ ਰਹਿੰਦੇ ਹੋ ਫਿਰ ਤੁਸੀਂ ਸਹੀ ਲੱਗ ਹੈ ਨਾ ਲਗਵਾ ਸਕਦੇ ਹੋਗੇ, ਨਹੀਂ ਤਾਂ ਕੱਲ੍ਹ ਸਾਨੂੰ ਹਨੇਰਾ ਹੋ ਗਿਆ, ਨਾਲੇ ਐਂ ਗੱਲਬਾਤ ਹੋ ਗਈ। ਗੁਰਲੀਨ ਤਾਂ ਬਹੁਤ ਪਸੰਦ ਆਈ, ਕਹਿੰਦੀ ਮੰਮਾ ਸੁਣ ਤਾਂ, ਕਹਿੰਦੀ ਹੱਥ ਵਾਲਾ ਸੋਹਣਾ ਲੱਗਿਆ ਮੈਨੂੰ ਤਾਂ ਆਪ, ਮੇਰਾ ਹੱਥ ਇੰਨਾ ਸੋਹਣਾ ਲੱਗਿਆ ਮੈਨੂੰ, ਐਂ ਲੱਗਿਆ ਮੇਰੇ ਹੱਥ ਨਹੀਂ ਸੋਹਣਾ ਲੱਗਿਆ। ਕਰ ਨੇਲ ਪੇਂਟ ਨਾ ਉੱਥੇ ਪਤਾ ਨਹੀਂ ਕਿਉਂ, ਜਦੋਂ ਉਹਨਾਂ ਨੇ ਸਾਨੂੰ ਸ਼ੇਡ ਕਾਰਡ ਦਿਖਾਇਆ ਉੱਥੇ ਰਸਟ ਕਲਰ ਜਿਹਾ ਲੱਗ ਰਿਹਾ ਸੀਗਾ ਵੀ ਹੋਰ ਟਾਈਪ ਦਾ ਕਲਰ, ਜਦੋਂ ਉਹਨਾਂ ਨੇ ਲਾਇਆ ਰੈੱਡ ਜਿਹਾ ਨਿਕਲਿਆ ਆ। ਹੁਣ ਚਲੋ ਰਹਿਣ ਦਿਓ, ਇਹ ਵੀ ਕਲਰ ਠੀਕ ਹੈ ਹੈ ਨਾ, ਇਹਦੀ ਸਟੇ ਹੁੰਦੀ ਆ ਜੇ ਆਪਾਂ ਇਹਦੇ ਨਾਲ ਪੰਗੇ ਲਵਾਂਗੇ ਫਿਰ ਨਹੀਂ ਸਹੀ ਹੈਗਾ। ਫਟਾਫਟ ਕੰਮ ਕਰ ਦਾਂਗੇ ਜੀ, ਫਟਾਫਟ ਕੋਈ ਕੰਮ ਕਰ ਲਾਂਗੇ, ਫਟਾਫਟ ਫਟ ਕੇ ਰੋਟੀ ਖਾ ਲਈ, ਭਾਂਡੇ ਮਾਂਜ ਲਏ, ਮਾਂਜਾ ਮਾਰਤਾ, ਕੂੜਾ ਚੱਕ ਲਿਆ, ਇਹੋ ਜਿਹਾ ਕੰਮ ਨਹੀਂ ਇਹਦੇ ਨਾਲ ਹੁੰਦਾ। ਜੇ ਰੋਜ਼ ਕਰੋ ਫਿਰ ਐਂ ਨੀ ਵੀ ਹੱਥ ਨਾਲ ਫਟਾਫਟ ਕੰਮ ਕਰ ਦਾਂਗੇ। ਬਾਕੀ ਭਾਈ ਤੁਸੀਂ ਹੈ ਜੇ ਪਹਿਲਾਂ ਲਗਵਾਏ ਨੇ ਤਾਂ ਠੀਕ ਹੈ, ਜੇ ਤੁਸੀਂ ਲਗਵਾਉਣ ਜਾ ਰਹੇ ਹੋ ਹੈ ਨਾ, ਐਕਸਪੀਰੀਅੰਸ ਕਰਨਾ ਕਰ ਲਓ ਹੈ ਨਾ। ਜੇ ਤੁਹਾਨੂੰ ਲੱਗਦਾ ਵੀ ਨਹੀਂ ਅਸੀਂ ਤਾਂ ਆਪ ਵੀ, ਤੁਸੀਂ ਕਿਉਂ ਲਗਵਾਏ, ਅਸੀਂ ਐਕਸਪੀਰੀਅੰਸ ਕਰਨਾ ਤਾਂ ਕਰ ਸਕਦੇ ਹੋ। ਹਜੇ ਤਾਂ ਮੈਨੂੰ ਐਂ ਲੱਗਦਾ ਵੀ ਔਖਾ ਕੰਮ, ਕੱਲ੍ਹ ਮੈਂ ਤਾਂ ਕਰਕੇ ਆਥਣੇ ਵਲੋਗ ਨਹੀਂ ਬਣਾਇਆ, ਗੁੱਸਾ ਹਨੇਰਾ ਹੋ ਗਿਆ ਸੀ। ਮੈਂ ਕੱਲ੍ਹ ਤੱਕ ਤੁਹਾਨੂੰ ਦੱਸੂੰਗੀ ਵੀ ਕਿਵੇਂ ਦਾ ਰਿਹਾ। ਚਲੋ ਠੀਕ ਹੈ ਜੀ, ਆਪਾਂ ਬਾਜ਼ਾਰ ਜਾਏ ਜੀ, ਠੀਕ ਹੈ। ਫਿਰ ਆਪਾਂ ਕੱਲ੍ਹ ਨੂੰ ਨਵੇਂ ਵਲੋਗ ਨਾਲ ਮਿਲਦੇ ਹਾਂ, ਅਤੇ ਮੈਂ ਤੁਹਾਡੇ ਨਾਲ ਐਕਸਪੀਰੀਅੰਸ ਆਪਣਾ ਸ਼ੇਅਰ ਕਰ ਦਿੱਤਾ। ਜੇ ਤੁਸੀਂ ਲਗਵਾਏ ਨੇ ਤਾਂ ਤੁਸੀਂ ਵੀ ਜ਼ਰੂਰ ਕਰਿਓ ਵੀ ਤੁਹਾਨੂੰ ਕਿਵੇਂ ਲੱਗਦਾ ਹੁੰਦਾ, ਠੀਕ ਹੈ। ਠੀਕ ਹੈ ਜੀ, ਕੱਲ੍ਹ ਨੂੰ ਨਵੇਂ ਵਲੋਗ ਨਾਲ ਮਿਲਦੇ ਹਾਂ, ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ, ਬਾਏ।